ਹਾਂਜੀ ਸਾਰਿਆਂ ਨੂੰ ਨਮਸਤੇ ਆਪਣੇ ਮਾਂਚਲੀ YouTube ਚੈਨਲ 'ਚ ਤੁਹਾੰਨ ਦਾ ਬੜਾ ਬੜਾ ਸਵਾਗਤ ਹੈ ਅੱਜ ਅਸੀਂ ਲਈਆਂ ਬਣਾਉਣਾ ਛਲੀਆਂ ਦੀਆਂ ਰੋਟੀਆਂ ਕਨੇ ਤੋਹਾਂ ਦੇਖੀ ਸਕਦੇ ਹਨ ਕਿਤਨੀ ਵਧੀਆ ਛਲੀਆਂ ਦੀਆਂ ਰੋਟੀਆਂ ਬਣੀਆਂ ਹਨ ਕਨੇ ਸਾਲੇ ਦੇ ਦਿਨਾਂ 'ਚ ਛਲੀਆਂ ਦੀਆਂ ਰੋਟੀਆਂ ਖਾਣੇ ਦਾ ਮਜ਼ਾ ਹੀ ਆ ਜਾਂਦਾ ਕਨੇ ਮੈਂ ਇਹ ਛਲੀਆਂ ਰੋਟੀਆਂ ਅਸੀਂ ਬਣਾਈਆਂ ਨੇ ਬੜੇ ਆਸਾਨ ਤਰੀਕੇ ਨਾਲ ਬਣਾਈਆਂ ਨੇ ਤਾਂ ਚਲੋ ਦੇਖਦੇ ਕਿ ਅੱਜ ਛਲੀਆਂ ਦੀਆਂ ਰੋਟੀਆਂ ਬਣਾਈਆਂ ਤਾਂ ਇਹ ਦੇਖਾ ਛਲੀਆਂ ਦੀ ਰੋਟੀਆਂ ਬਣਾਉਣੇ ਲਈ 2 ਕੱਪ ਛਲੀਆਂ ਦਾ ਟਾਲਿਆ ਤੇ ਇਸ ਚ ਇੱਕ ਚਮਚੂ ਲੂਣੇ ਦਾ ਪਾਈ ਜਾਣਾ ਹੈ ਕਨ ਲਗਭਗ 2 ਚਮਚ ਦੇਸੀ ghee ਦੇ ਇਸ ਨਾਲ ਜਿਹੜੀ ਛਲੀਆਂ ਰੋਟੀਆਂ ਨਾ ਬੜੀਆਂ ਸਵਾਦ ਬਣਦੀਆਂ ਕਨ ਇਹ ਦੇਖਾ ਥੋੜਾ ਥੋੜਾ ਗਰਮ ਪਾਣੀ ਪਾਈ ਕਰੀ ਆਟਾ ਗੁੰਨੀ ਲੈਣਾ ਤੇ ਜਿਹੜੇ ਪਾਣੀ ਗਰਮ ਹੈ ਪਹਿਲੇ ਚਮਚੇ ਕਨ ਮਿਕਸ ਕਰ ਲੈਣਾ ਕਨ ਫਿਰ ਹੱਥੇ ਕਨ ਬਧੀਆ ਕਰੀ ਮਿਕਸ ਕਰ ਲੈਣਾ ਇਸ ਚ ਕੀ ਹੁੰਦਾ ਜਿញ ਇਸੇ ਉਹ ਬੋਲਦੇ ਗਲੂਟਨ ਫ੍ਰੀ ਆਟਾ ਤਮਤ ਇਹ ਸਤੇ ਨਹੀਂ ਬਾਈਂਡਿੰਗ ਨਹੀਂ ਹੁੰਦੀ ਇਸਤੇ ਜਿਹਾ ਗਰਮ ਪਾਣੀ ਇਹਨੇ ਗੁੰਦੇ ਤਾਂ ਤੁਹਾਂ ਵੀੜੀ ਵਿੱਚ ਦਿਖੀ ਸਕਦੇ ਨਾ ਥੋੜਾ ਥੋੜਾ ਪਾਣੀ ਮਿਲਾਏ ਕਰੀ ਆਟਾ ਮਿਕਸ ਕਰਦੇ ਜਾਣਾ ਇਹ ਦੇਖਾ ਤੁਹਾਂ ਵੀੜੀ ਵਿੱਚ ਦਿਖੀ ਸਕਦੇ ਨਾ ਬਸ ਇਸੇ ਤਰੀਕੇ ਨਾਲ ਇਹ ਆਟਾ ਗੁੰਦਿਆ ਨੇ ਛਲੀਆਂ ਦਾ ਕਨੇ ਇੱਕਦਮ ਵੀ ਜ਼ਿਆਦਾ ਪਾਣੀ ਨਹੀਂ ਪਾਣਾ ਕਨੇ ਦਿਖਣੀਆਂ ਅਥੇਲੀ ਹੈ ਕਨੇ ਥਿਆੜੀ ਹੈ ਕਨੇ ਮਸਲਣਾ ਆਟਾ ਵਧੀਆ ਕਰੀ ਤਾਂ ਇਹ ਵਧੀਆ ਨਹੀਂ ਬਾਈਂਡਿੰਗ ਹੁੰਦੀ ਇਸਤੇ ਤਾਂ ਇਹ ਵਧੀਆ ਰੋਟੀਆਂ ਬਣਦੀਆਂ ਨੇ ਛਲੀਆਂ ਦੀਆਂ ਤੇ ਇਹ ਦੇਖਾ ਤਾਂ ਦੇਖੀ ਜਿਹਾ ਕਿ ਆਟਾ ਗੁੰਨੀ ਲਿਆ ਵਧੀਆ ਕਰੀ ਕਿਨੇ ਤਾਂ ਹਾ ਦਿਖਾ ਵਾਲਾ ਕਿੰਨਾ ਵਧੀਆ ਲੱਗਾਦਾ ਹੈ ਇਹ ਦੇਖਾ ਤਾਂ ਆਟਾ ਹੰਦਾ ਤਿਆਰ ਹੋਈ ਹੈ ਤੇ ਚੱਲਾ ਹੁਣ ਬਣਾਉਂਦੇ ਛਲੀਆਂ ਦੀਆਂ ਰੋਟੀਆਂ ਤੇ ਇਹ ਦੇਖਾ ਛਲੀਆਂ ਰੋਟੀਆਂ ਬਣਾਣੇ ਦੀ ਆਟਾ ਗੁੰਨੀ ਲਿਆ ਕਿਨੇ ਦੇਖਾ ਥੋੜੇ ਦੇ ਗਰਮ ਪਾਣੀ ਰੱਖਿਆ ਤੇ ਇਸ ਚ ਥੋੜੇ ਦੇ ਅੰਧੀ ਹੱਥ ਡਬਾਉਣੇ ਹਨ ਕਿਨੇ ਇੱਕ ਥੋੜੀ ਦੀ ਲੋਈ ਲੈ ਲੈਣੀ ਹੈ ਕਨੇ ਦੇਖਾ ਥੋੜਾ ਥੋੜਾ ਗਰਮ ਪਾਣੀ ਲਾਈ ਕਰੀ ਅੱਥੇ ਕਨੇ ਬਣਾਉਂਦੇ ਚੱਲਣਾ ਰੋਟੀ ਇਹ ਦੇਖੀ ਸਕਦੇ ਆ ਤੁਹਾਂ ਵੀਡੀਓ ਚ ਕਿ ਕਿਆਂ ਹਾਂ ਇਹ ਰੋਟੀਆਂ ਬਣਾਦੇ ਨੇ ਛਲੀਆਂ ਦੀਆਂ ਰੋਟੀਆਂ ਇਹ ਦੇਖਾ ਹਲਕੇ ਹਲਕੇ ਜਿਹੀਆਂ ਸਾਈਡਾਂ ਤੇ ਫੱਟਦੀ ਤਾਂ ਥੋੜਾ ਥੋੜਾ ਗਰਮ ਪਾਣੀ ਲਗਾਈ ਹੈ ਨਾ ਕਨੇ ਬਸ ਬਧੀਆ ਦੇਖਾ ਗੋਲ ਰੋਟੀ ਹਾਂ ਬਣਾਈ ਲੈਣੀ ਇਹ ਦੇਖਾ ਤੁਹਾਂ ਵੀਡੀਓ ਚ ਦੇਖੀ ਸਕਦੇ ਨਾ ਕਿ ਛੜੰਗੇ ਨੇ ਇਹ ਦੇਖਾ ਰੋਟੀ ਬਣਾਦੇ ਨੇ ਛਲੀਆਂ ਦੀ ਇਹ ਦੇਖਾ ਬਦਈਆ ਹਨੀ ਗੋਲ ਰੋਟੀ ਤਿਆਰ ਹੋਈ ਹੈ ਛਲੀਆਂ ਦੀ ਕਨੇ ਦੇਖਾ ਤੋ ਆ ਰਹੀ ਤੇ ਆ ਰੋਟੀ ਅਸੇਕ ਨੇ ਤਈਆ ਕਨੇ ਗੈਸਾ ਦੀ ਫਲੇਮ ਆਨ ਕਰੀ ਤੀ ਹੈ ਇਹ ਦੇਖਾ ਰੋਟੀ ਪਾਈ ਤੀ ਛਲੀਆਂ ਦੀ ਤੇ ਦੇਖਾ ਹਲਕੇ ਹਲਕੇ ਉਪਰ ਤੇ ਜੀਨ ਡਰਾਈ ਲੱਗੀ ਪਈ ਹੋਣਾ ਤੇ ਦੇਖਾ ਤੈਂਥੂ ਕਨੇ ਹਾ ਦੇ ਰੋਟੀ ਦੇ ਚਾਰੋ ਸਾਈਡਾਂ ਤੇ ਛੜਾਣੀ ਆ ਰੋਟੀ ਕਨੇ ਦੇਖੇ ਪਲਟੀ ਗਈਣੀ ਹੈ ਤੋ ਆਂ ਦੇਖ ਸਕਦੇ ਨੇ ਰੰਗ ਚੇਂਜ ਹੋਈ ਆ ਥੇਕੀ ਵੱਖੇ ਕਨੇ ਦੂਗੇ ਵੱਖੇ ਵੀ ਸੇਕ ਕੇ ਲੈਣੀ ਆ ਬਦਈਆ ਕਰੀ ਇਹ ਦੇਖਾ ਦੂਮੱਖੇ ਵਧੀਆ ਸੇਕਣੀ ਆ ਰੋਟੀ ਕੰਨਦੀਆਂ ਹੁਣ ਜਿਹੀਆਂ ਗੈਸ 'ਚ ਬਣਾ ਦੇ ਚੁੱਲੇ 'ਚ ਬਣਾਉਂਦੇ ਤਾਂ ਬੜੀ ਵਧੀਆ ਹੋਰ ਵਧੀਆ ਬਣਦੀ ਪਰ ਵੇ ਹੁਣ ਜਿਹੀਆਂ ਚੁੱਲਾ ਨਹੀਂ ਆ ਤਾਂ ਮਤਲਬ ਤੋਈ ਈ ਚ ਸੇਕਣੀ ਆ ਗੈਸ 'ਚ ਈ ਸੇਕਣੀ ਆ ਦੇਖਾ ਕੱਪੜੇ ਨਹੀਂ ਦਵਾਂਦੇ ਜਾਣਾ ਕੰਨਾ ਲੋ ਫਲੇਮ 'ਚ ਸੇਕਦੇ ਜਾਣਾ ਤੁਸੀਂ ਦੇਖੀ ਸਕਦੇ ਹੋ ਨਾ ਕਿਤਨੀ ਵਧੀਆ ਸਕੋਦੀ ਆ ਰੋਟੀ ਕੰਨਾ ਸਰਦੀਆਂ 'ਚ ਜੀਆਂ ਸਿਆਲੇ ਛਲੀਆਂ ਰੋਟੀਆਂ ਬੜੀਆਂ ਸਵਾਦ ਲੱਗਦੀਆਂ ਆ ਖਾਣੇ ਜੋ ਕਹਨੇ ਇਹ ਦੇਖਾ ਬਧੀਆ ਤਿਆਰ ਹੋਈ ਏ ਛਲੀਆਂ ਦੀ ਰੋਟੀ ਇਹ ਦੇਖੀ ਸਕਦੇ ਆਂ ਤੋਹਾ ਕਿਤਨਾ ਵਧੀਆ ਰੰਗ ਆਇਆ ਤਾਂ ਹੁਣ ਇਸ ਚ ਦੇਸੀ ਘੀ ਲਗਾਈ ਹੈ ਨਾ ਹਾਂ ਥੋੜਾ ਥੋੜਾ ਤਾਂ ਦੇਸੀ ਘੀ ਕਹਿੰਦਾ ਬੜਾ ਵਧੀਆ ਸਵਾਦ ਆਉਂਦਾ ਰੋਟੀ ਐ ਚ ਵੀ ਇਹ ਦੇਖਾ ਤਾਂ ਤੁਹਾਂ ਜੋ ਅਗਰ ਇਹ ਛਲੀਆਂ ਦੀ ਰੋਟੀ ਬਣਾਉਣ ਦਾ ਤਰੀਕਾ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸਨੇ ਹੋਗਾ ਕਿ ਆਪਣਾ ਹੀ ਮਾਂਚਲੀ YouTube ਚੈਨਲ ਹੈ ਸਬਸਕ੍ਰਾਈਬ ਵੀ ਕਰੀ ਲੈਣਾ ਤਾਂ ਬੇਰੀ ਮਿਲਦੇ ਆ ਨੋਈ ਵੀਡੀਓ ਚ ਤੁਹਾਨਾਂ ਦਾ ਵੀਡੀਓ ਦੇਖਣੇ ਤਈਆ ਬੜਾ ਬੜਾ ਧੰਨਵਾਦ